ਜਿਹੜਾ ਤੁਹਾਡਾ ਅਗਲਾ ਮੁੱਖ ਮੰਤਰੀ ਚਿਹਰਾ ਹੋਏਗਾ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਹੈਗਾ, ਸੋ ਲੋਕ ਕਿਹਨੂੰ ਵੇਖਣਗੇ, ਚੰਨੀ ਸਾਹਿਬ ਨੂੰ ਵੇਖਣਗੇ ਕਿ? ਦੇਖੋ ਇਹ ਫੈਸਲਾ ਜਿਹੜਾ ਵਾ ਹਾਈਕਮਾਂਡ ਦਾ ਹੁੰਦਾ, ਤੁਹਾਡੀ ਹਾਈਕਮਾਂਡ ਬੜੀ ਸਲੋ ਹੈਗੀ। ਅਸੀਂ ਕੈਪਟਨ ਸਾਹਿਬ ਦੇ ਬਹੁਤ ਨਜ਼ਦੀਕ ਰਹੇ ਹਾਂ, ਬੜੀ ਲੜਾਈ ਲੜੀ ਉਹਨਾਂ ਵਾਸਤੇ, ਅਤੇ 17 ਵਿੱਚ ਮੰਗ ਇਹ ਸੀ, ਆਵਾਜ਼ ਇਹ ਸੀ, ਸੱਚ ਇਹ ਸੀ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਇਹ ਸਰਕਾਰ ਕਾਂਗਰਸ ਦੀ ਨਹੀਂ ਬਣ ਸਕਦੀ। ਤੁਹਾਡੇ ਆਪਣੇ ਮਹਿਕਮੇ ਵਿੱਚ ਤੁਹਾਨੂੰ ਇਸ ਤਰ੍ਹਾਂ ਕਿੱਦਾਂ ਲੱਗ ਰਿਹਾ ਕਿ ਹਾਂ ਵੀ ਚੀਫ ਮਿਨਿਸਟਰ ਬਦਲਣ ਨਾਲ ਮੈਂ ਜ਼ਿਆਦਾ ਕੰਮ ਕਰ ਸਕਦਾ? ਉਹੀ ਹਾਈਕਮਾਂਡ, ਉਹੀ ਸੋਨੀਆ ਜੀ ਤੁਹਾਡੇ ਨਾਲ ਖੁਲਤੇ ਸੀ, ਤੁਸੀਂ ਕਹਿੰਦੇ ਸੀ ਮੇਰੇ ਪਰਿਵਾਰਕ ਸੰਬੰਧ ਨੇ, ਅੱਜ ਉਹਨਾਂ ਦੇ ਫੈਸਲੇ ਨੂੰ ਇੰਨਾ ਕਿਉਂ ਗਲਤ ਸੋਚਣ ਦੇ ਨੇ ਕਿ ਇਹ ਇਹਨਾਂ ਦਾ ਜਮਾਂਦਰੂ ਹੱਕ ਹੈ ਸਾਰੀ ਵਾਰ ਮੈਂ ਹੀ ਚੀਫ ਮਿਨਿਸਟਰ ਰਹਾਂਗਾ। ਕੈਪਟਨ ਸਾਹਿਬ ਫਿਰ ਤਾਂ ਗੱਲ ਕਹਿੰਦੇ, ਉਹ ਕਹਿੰਦੇ ਨੇ ਵੀ ਇਹ ਤਾਂ PR ਐਕਸਰਸਾਈਜ਼ ਚੱਲ ਰਹੀ ਹੈ, ਫੋਟੋਆਂ ਖਿਚਵਾ ਤਾ ਕਰਦਾ, ਇਹਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ। ਜਿਹੜਾ ਚੀਫ ਮਿਨਿਸਟਰ ਆਪਣੇ ਵਜ਼ੀਰਾਂ ਨੂੰ ਮਿਲਣ ਤੋਂ ਗੁਰੇਜ਼ ਕਰਦਾ ਸੀ, ਜਿਹੜਾ ਚੀਫ ਮਿਨਿਸਟਰ ਆਪਣੇ ਵਜ਼ੀਰਾਂ ਦਾ ਟੈਲੀਫੋਨ ਚੁੱਕਣ ਨੂੰ ਗੁਰੇਜ਼ ਕਰਦਾ ਸੀ, ਅੱਜ ਬਦਲੇ ਚੀਫ ਮਿਨਿਸਟਰ ਨੂੰ ਕਾਮਨ ਮੈਨ ਵੀ ਮਿਲ ਸਕਦਾ। ਸੱਚੀ ਗੱਲ ਕੌੜੀ ਹੁੰਦੀ ਹੈ ਨਾ, ਕੌਣ ਵਿਜੇ ਪ੍ਰਤਾਪ ਸਿੰਘ ਦਾ ਇਤਵਾਰ ਕੀਤਾ, ਉਹ ਵੀ ਪਤਾ ਨਹੀਂ ਕੋਈ ਸਿਆਸਤ ਖੇਡ ਗਿਆ, ਕੈਪਟਨ ਸਾਹਿਬ ਤਾਂ ਸਿਆਸਤ ਖੇਡਣ ਨਹੀਂ ਰਹੇ ਸਨ। ਸਰ ਅੱਜ ਇੱਕ ਮਹੀਨਾ ਹੋ ਗਿਆ ਇੱਕ ਚੀਫ ਮਿਨਿਸਟਰ ਬਦਲਣ ਨਾਲ, ਕੀ ਇੰਨੀ ਤੁਹਾਡੀ ਕਾਰਗੁਜ਼ਾਰੀ ਵਿੱਚ ਫਰਕ ਆਇਆ? ਕੈਪਟਨ ਸਾਹਿਬ ਇਹ ਕੱਪ ਆਫ ਟੀ ਵਿਦ ਕੈਪਟਨ, ਉਹ ਕੀ ਸੀ, ਉਹ PR ਐਕਸਰਸਾਈਜ਼ ਸੀ ਕਿ ਕੋਈ ਪੰਜਾਬ ਦਾ ਭਲਾ ਸੀ? ਰਾਜਾ ਵੜਿੰਗ ਜਿਨ੍ਹਾਂ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ, ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਹੈ ਜੋ ਬੜੇ ਸਿੰਪਲ ਜਿਹੇ ਕੰਮ ਲੱਗਦੇ, ਜਿਵੇਂ ਬੱਸ ਸਟੈਂਡ ਤੋਂ ਇਲੀਗਲ ਕਬਜ਼ੇ ਹਟਾ ਤੇ, ਭਾਵੇਂ ਕਿਸੇ ਵੀ ਬੱਸ ਸਟੈਂਡ ਤੋਂ, ਭਾਵੇਂ ਉਹ ਔਰਬਿਟ 'ਤੇ ਹੋਣ ਜਾਂ ਕਿਤੇ ਵੀ ਹੋਣ। ਇਹ 4.5 ਸਾਲ ਕੀ ਕੈਪਟਨ ਅਮਰਿੰਦਰ ਨੇ ਰੋਕਿਆ ਸੀ ਬਾਕੀ ਮੰਤਰੀਆਂ ਨੂੰ ਕਿ ਤੁਸੀਂ ਇਹ ਕਬਜ਼ੇ ਨਹੀਂ ਹਟਾਉਣੇ? ਸਾਉਦਨ ਦਾ ਫੈਸਲਾ ਅਤੇ ਕੈਪਟਨ ਸਾਹਿਬ ਦੇ 4.5 ਸਾਲ, ਤੁਹਾਨੂੰ ਪਤਾ ਲੱਗ ਜਾਏਗਾ। ਜਿਹੜੇ ਪਹਿਲੇ ਮੰਤਰੀ ਸੀ ਉਹਨਾਂ ਨੇ ਕੋਸ਼ਿਸ਼ ਵੀ ਨਹੀਂ ਕੀਤੀ ਇੱਥੇ ਨਜ਼ਰ ਆਈ? ਮੰਤਰੀਆਂ ਦਾ ਕਸੂਰ ਨਹੀਂ, ਦੇਖੋ ਮੈਂ ਕੈਬਨਿਟ ਦਾ ਮਿਨਿਸਟਰ ਸੀ, ਜਦੋਂ ਕਿਸਾਨ ਦਿੱਲੀ ਬੈਠੇ ਅਸੀਂ ਕੈਪਟਨ ਸਾਹਿਬ ਨੂੰ ਦਵਾਈ ਦਿੰਦੇ ਰਹੇ ਵੀ ਕੈਪਟਨ ਸਾਹਿਬ ਹੋਮ ਮਿਨਿਸਟਰ ਮਿਲੋ, ਪ੍ਰਾਈਮ ਮਿਨਿਸਟਰ ਮਿਲੋ, ਇਹ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ, ਅਤੇ ਕੈਪਟਨ ਸਾਹਿਬ ਕਹਿੰਦੇ ਸੀ ਮੈਨੂੰ ਉਹ ਟਾਈਮ ਹੀ ਨਹੀਂ ਦਿੰਦੇ। ਸਾਡਾ ਚੀਫ ਮਿਨਿਸਟਰ ਚੰਨੀ ਜੀ ਬੜੇ ਸੀਰੀਅਸਲੀ ਕੰਮ ਕਰ ਰਹੇ ਨੇ, ਅਤੇ ਮੇਰਾ ਖਿਆਲ ਹੈ 24 ਘੰਟੇ 'ਚ 20 ਘੰਟੇ ਕੰਮ ਕਰ ਰਿਹਾ ਦੈਟ ਮੈਨ। ਕਾਂਗਰਸ ਦੀ ਨਵੀਂ ਸਰਕਾਰ ਨੂੰ ਬਣੇ ਤਕਰੀਬਨ 1 ਮਹੀਨਾ ਹੋ ਗਿਆ ਹੈ, ਔਰ ਜਿਨ੍ਹਾਂ ਦੇ ਕੁਛ ਕੌੜੇ ਸ਼ਬਦਾਂ ਨੇ ਉਸ ਸਰਕਾਰ ਨੂੰ ਆਖਰੀ ਝਟਕਾ ਦਿੱਤਾ ਸੀਗਾ, ਅੱਜ ਅਸੀਂ ਉਹਨਾਂ ਨਾਲ ਬੈਠੇ ਹਾਂ। ਕੈਪਟਨ ਅਮਰਿੰਦਰ ਦੇ ਬਹੁਤ ਕਰੀਬੀ ਅਤੇ ਬਹੁਤ ਸੱਚੀ ਅਤੇ ਕੌੜੀ ਗੱਲ ਕਹਿਣ ਵਾਲੇ ਸਰਦਾਰ ਤ੍ਰਿਪਤ ਸਿੰਘ ਬਾਜਵਾ ਸਰ, ਸਾਡਾ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਸਰ ਬੜੀਆਂ ਆਵਾਜ਼ਾਂ ਨਿਕਲੀਆਂ ਸੀ ਕੈਪਟਨ ਅਮਰਿੰਦਰ ਦੇ ਖਿਲਾਫ, ਪਰ ਜਿਸ ਦਿਨ ਤੁਸੀਂ ਕਿਹਾ ਸੀ ਕਿ ਅਕਾਲੀ ਸਰਕਾਰ ਨਾਲ ਮਿਲਿਆ ਹੋਇਆ ਹੈ, ਮਿਲਿਆ ਹੋਇਆ ਹੈ, ਮਿਲਿਆ ਹੋਇਆ ਹੈ, ਉਸ ਤੋਂ ਬਾਅਦ ਸਾਫ਼ ਹੋ ਗਿਆ ਸੀ ਕਿ ਵੀ ਇਹ ਕੁਛ ਬਦਲਾਵ ਆਉਣ ਵਾਲਾ, ਹੁਣ ਟੇੜੀਆਂ ਗੱਲਾਂ ਨੇ ਸਿੱਧੇ ਵਾਰ ਹੋ ਰਹੇ ਨੇ। ਪਹਿਲਾਂ ਤਾਂ ਤੁਸੀਂ ਗੱਲ ਆਖਿਆ ਵੀ ਕੌੜੀ ਗੱਲ ਆਖਣ ਵਾਲੇ, ਸੱਚੀ ਗੱਲ ਕੌੜੀ ਹੁੰਦੀ ਹੈ ਨਾ? ਨਹੀਂ ਕੌੜੀ ਨਹੀਂ ਸੀ, ਠੀਕ ਹੈ, ਉਹ ਜ਼ਮਾਨੇ ਦਾ ਸੱਚ ਸੀਗਾ। ਅਸੀਂ ਕੈਪਟਨ ਸਾਹਿਬ ਦੇ ਬਹੁਤ ਨਜ਼ਦੀਕ ਰਹੇ ਹਾਂ, ਬੜੀ ਲੜਾਈ ਲੜੀ ਉਹਨਾਂ ਵਾਸਤੇ, ਅਤੇ 17 ਵਿੱਚ ਮੰਗ ਇਹ ਸੀ, ਆਵਾਜ਼ ਇਹ ਸੀ, ਸੱਚ ਇਹ ਸੀ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਇਹ ਸਰਕਾਰ ਕਾਂਗਰਸ ਦੀ ਨਹੀਂ ਬਣ ਸਕਦੀ। ਅਸੀਂ ਉਦੋਂ ਉਹ ਸੱਚ ਲਈ ਕਾਂਗਰਸ ਦੇ ਭਲੇ ਲਈ ਲੜਾਈ ਲੜੀ ਸੀ, ਨਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਭਲੇ ਲਈ ਲੜੇ। ਅਸੀਂ ਕਾਂਗਰਸੀ ਹਾਂ, ਕਾਂਗਰਸੀ ਸੀ ਅਤੇ ਕਾਂਗਰਸੀ ਰਹਿਣਾ। ਉਸ ਵੇਲੇ ਕਾਂਗਰਸ ਦਾ ਭਲਾ ਇਸ ਗੱਲ ਸੀ ਵੀ ਕੈਪਟਨ ਅਮਰਿੰਦਰ ਸਿੰਘ ਲੀਡਰ ਬਣੇ ਅਤੇ ਤਾਂ ਹੀ ਪੰਜਾਬ 'ਚ ਕਾਂਗਰਸ ਸਰਕਾਰ ਬਣਦੀ, ਅਤੇ ਉਹ ਸਾਡੀ ਲੜਾਈ ਸੱਚੀ ਸਾਬਤ ਹੋਈ। ਹੁਣ ਅਸੀਂ ਪਿਛਲੇ ਸਮੇਂ ਤੋਂ ਮਹਿਸੂਸ ਕਰ ਰਹੇ ਹਾਂ ਵੀ ਕੈਪਟਨ ਸਾਹਿਬ ਜਿਹੜੇ ਵਾਅਦੇ ਇਲੈਕਸ਼ਨ ਦੌਰਾਨ ਲੋਕਾਂ ਨਾਲ ਕੀਤੇ, ਲੋਕਾਂ ਨੂੰ ਇਮੋਸ਼ਨਲ ਕੀਤਾ, ਇਮੋਸ਼ਨਲ ਕਰਕੇ ਲੋਕਾਂ ਤੋਂ ਵੋਟਾਂ ਲਈਆਂ, ਉਹਨਾਂ ਵਾਅਦਿਆਂ ਤੋਂ ਕੈਪਟਨ ਸਾਹਿਬ ਹੌਲੀ ਹੌਲੀ ਖਿਸਕਦੇ ਜਾ ਰਹੇ ਸੀ, ਪਿਛਾਂ ਹੋਈ ਜਾ ਰਹੇ ਸੀ, ਉਹ ਵੱਡੇ ਕਦਮ ਚੁੱਕਣ ਤੋਂ ਗੁਰੇਜ਼ ਕਰ ਰਹੇ ਸੀ। ਉਹ ਵੱਡੇ ਕਦਮ ਨਾ ਚੁੱਕਣ ਕਰਕੇ ਬੜੀ ਗੱਲ ਸਪਸ਼ਟ, ਲੋਕਾਂ ਦੇ ਸੱਥਾਂ 'ਚ, ਲੋਕਾਂ ਦੀਆਂ ਗਲੀਆਂ 'ਚ, ਪਿੰਡਾਂ ਦੀਆਂ ਗਲੀਆਂ ਵਿੱਚ ਇਹ ਚੱਲ ਰਹੀ ਸੀ ਵੀ ਕੈਪਟਨ ਸਾਹਿਬ ਅਤੇ ਅਕਾਲੀ ਦਲ ਸੁਖਬੀਰ ਹੋਰੀ ਆਪਸ 'ਚ ਰਲੇ ਹੋਏ ਨੇ, ਇਹ ਫਿਕਸਡ ਮੈਚ ਖੇਡ ਰਹੇ ਨੇ, ਇਹ ਇੱਕ ਦੂਜੇ ਦਾ ਇਹਨਾਂ ਨੇ ਵਾਅਦਾ ਕਰ ਲਿਆ ਵੀ ਮੈਂ ਤੇਰਾ ਨੁਕਸਾਨ ਨਹੀਂ ਕਰਾਂਗਾ, ਜਦੋਂ ਤੂੰ ਰਾਜ ਪੈ ਗਿਆ ਤੂੰ ਮੇਰਾ ਨੁਕਸਾਨ ਨਹੀਂ ਕਰਨਾ। ਸੋ ਇਹ ਗੱਲ ਕਾਂਗਰਸ ਨੂੰ ਨਹੀਂ ਸੀ ਪੁੱਗਦੀ, ਕਾਂਗਰਸੀਆਂ ਨੂੰ ਨਹੀਂ ਸੀ ਪੁੱਗਦੀ, ਅਤੇ ਮੈਂ ਕਾਂਗਰਸੀ ਨਾਤੇ ਹੁੰਦੇ ਹੋਏ ਆਪਣੀ ਥੋੜ੍ਹੀ ਜਿਹੀ ਆਵਾਜ਼ ਚੁੱਕੀ ਸੀ। ਸਰ ਅੱਜ 1 ਮਹੀਨਾ ਹੋ ਗਿਆ,
ਇੱਕ ਚੀਫ ਮਿਨਿਸਟਰ ਬਦਲਣ ਨਾਲ ਕੀ ਇੰਨੀ ਤੁਹਾਡੀ ਕਾਰਗੁਜ਼ਾਰੀ ਵਿੱਚ ਫਰਕ ਆਇਆ? ਬਿਲਕੁਲ ਕਾਂਗਰਸ ਆਇਆ। ਇਹ ਮੈਨੂੰ ਨਾ ਪੁੱਛੋ, ਮੈਂ ਤਾਂ ਵਕੀਲ ਹਾਂ ਇਹ ਸਰਕਾਰ ਦਾ, ਲੋਕਾਂ ਨੂੰ ਪੁੱਛੋ, ਲੋਕ ਦੱਸਣਗੇ ਵੀ ਬਦਲਾਵ ਆਇਆ ਕਿ ਨਹੀਂ ਆਇਆ। ਜਿਹੜਾ ਚੀਫ ਮਿਨਿਸਟਰ ਆਪਣੇ ਵਜ਼ੀਰਾਂ ਨੂੰ ਮਿਲਣ ਤੋਂ ਗੁਰੇਜ਼ ਕਰਦਾ ਸੀ, ਜਿਹੜਾ ਚੀਫ ਮਿਨਿਸਟਰ ਆਪਣੇ ਵਜ਼ੀਰਾਂ ਦਾ ਟੈਲੀਫੋਨ ਚੁੱਕਣ ਨੂੰ ਗੁਰੇਜ਼ ਕਰਦਾ ਸੀ, ਅੱਜ ਬਦਲੇ ਚੀਫ ਮਿਨਿਸਟਰ ਨੂੰ ਕਾਮਨ ਮੈਨ ਵੀ ਮਿਲ ਸਕਦਾ, ਕਾਮਨ ਮੈਨ ਦਾ ਵੀ ਟੈਲੀਫੋਨ ਚੁੱਕਦਾ, ਅਤੇ ਉਹ ਕੰਮ ਕਰ ਰਿਹਾ, ਕੰਮ ਦਾ ਰਿਜ਼ਲਟ ਜਿਹੜਾ ਇਸ ਇਲੈਕਸ਼ਨ ਸਾਹਮਣੇ ਆਏਗਾ। ਸਰ, ਜਿਵੇਂ ਅੱਜ ਅਕਾਲੀ ਦਲ ਦੀ ਆਵਾਜ਼ ਉੱਠ ਰਹੀ ਹੈ ਕਿ ਵੀ ਤੁਸੀਂ 4.5 ਸਾਲ ਤੁਸੀਂ ਵੀ ਤਾਕਤਵਰ ਸੀ, ਚਲੋ ਚੀਫ ਮਿਨਿਸਟਰ ਨਹੀਂ ਸੀ, ਮੰਤਰੀ ਸੀਗੇ, ਔਰ ਤੁਹਾਡੇ ਕੋਲ ਮਹਿਕਮਾ ਹੈ, ਤੁਹਾਡੇ ਆਪਣੇ ਮਹਿਕਮੇ ਵਿੱਚ ਤੁਹਾਨੂੰ ਇਸ ਤਰ੍ਹਾਂ ਕਿੱਦਾਂ ਲੱਗ ਰਿਹਾ ਕਿ ਹਾਂ ਵੀ ਚੀਫ ਮਿਨਿਸਟਰ ਬਦਲਣ ਨਾਲ ਮੈਂ ਜ਼ਿਆਦਾ ਕੰਮ ਕਰ ਸਕਦਾ? ਦੇਖੋ, ਗੱਲ ਮੇਰੇ ਮਹਿਕਮੇ ਦੀ ਨਹੀਂ, ਗੱਲ ਓਵਰਆਲ ਪਰਸੈਪਸ਼ਨ ਦੀ ਹੈ। ਜਿਹੜੀ ਪਰਸੈਪਸ਼ਨ ਸੀ ਸਾਡੀ, ਬਿਲਕੁਲ ਗਲਤ ਹੋ ਚੁੱਕੀ ਸੀ। ਸਾਰੇ ਮਹਿਕਮਿਆਂ ਦੀ ਕੋਲੈਕਟਿਵ ਵਰਕਿੰਗ ਨਾਲ ਹੀ ਗੱਲ ਬਣਦੀ ਹੈ, ਅਤੇ ਚੀਫ ਮਿਨਿਸਟਰ ਦੇ ਇਨੀਸ਼ੀਏਟਿਵ ਨਾਲ, ਚੀਫ ਮਿਨਿਸਟਰ ਦੀ ਸੋਚ ਨਾਲ, ਚੀਫ ਮਿਨਿਸਟਰ ਦੀ ਲੀਡਰਸ਼ਿਪ ਨਾਲ ਜਿਹੜੀ ਪਰਸੈਪਸ਼ਨ ਬਣਦੀ ਹੈ, ਜਦੋਂ ਪਾਰਟੀ ਦੀ ਪਰਸੈਪਸ਼ਨ ਬਣਦੀ ਹੈ, ਫਿਰ ਜਿੱਤ ਜਿਹੜੀ ਹੈ ਉਹ ਯਕੀਨੀ ਹੋ ਜਾਂਦੀ ਹੈ। ਸਰ, ਇੱਕ ਮੈਂ ਛੋਟੀ ਜਿਹੀ ਗੱਲ ਪੁੱਛਦੀ ਹਾਂ। ਅੱਜ ਇੱਕ ਮੰਤਰੀ ਨੇ, ਰਾਜਾ ਵੜਿੰਗ, ਜਿਨ੍ਹਾਂ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ, ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਹੈ ਜੋ ਬੜੇ ਸਿੰਪਲ ਜਿਹੇ ਕੰਮ ਲੱਗਦੇ, ਜਿਵੇਂ ਬੱਸ ਸਟੈਂਡ ਤੋਂ ਇਲੀਗਲ ਕਬਜ਼ੇ ਹਟਾ ਤੇ, ਭਾਵੇਂ ਕਿਸੇ ਵੀ ਬੱਸ ਸਟੈਂਡ ਦੇ ਹੋਣ, ਭਾਵੇਂ ਉਹ ਔਰਬਿਟ ਦੇ ਹੋਣ ਜਾਂ ਕਿਤੇ ਵੀ ਹੋਣ। ਇਹ 4.5 ਸਾਲ ਕੀ ਕੈਪਟਨ ਅਮਰਿੰਦਰ ਨੇ ਰੋਕਿਆ ਸੀ ਬਾਕੀ ਮੰਤਰੀਆਂ ਨੂੰ ਕਿ ਤੁਸੀਂ ਇਹ ਕਬਜ਼ੇ ਨਹੀਂ ਹਟਾਉਣੇ? ਤੁਸੀਂ ਦੇਖੋ ਵੀ ਇੱਕ ਸੁਪਰੀਮ ਕੋਰਟ ਦਾ ਫੈਸਲਾ, ਸੁਪਰੀਮ ਕੋਰਟ ਦੇ ਫੈਸਲੇ ਨੂੰ ਜੇ ਕੈਪਟਨ ਸਰਕਾਰ ਲਾਗੂ ਕਰਨ ਤੋਂ ਗੁਰੇਜ਼ ਕਰਦੀ ਸੀ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਰਾਜੇ ਵੜਿੰਗ ਨੇ, ਚੰਨੀ ਜੀ ਨੇ ਉਹ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਵਾਲੇ ਪਾਸੇ ਇਨੀਸ਼ੀਏਟਿਵ ਲਿਆ, ਜਿਹੜਾ ਚੇਂਜਿਸ ਲੋਕਾਂ ਨਜ਼ਰ ਆ ਰਹੀਆਂ ਨੇ, ਜਿਹਦੇ 'ਚ ਲੋਕ ਖੁਸ਼ੀ ਮਹਿਸੂਸ ਕਰ ਰਹੇ ਨੇ, ਜਿਹੜੇ ਨਜਾਇਜ਼ ਬੱਸਾਂ ਚੱਲੀਆਂ ਸੀ ਉਹਨਾਂ ਨੂੰ ਢੱਕਣ ਵਾਲੇ ਪਾਸੇ ਉਹਨਾਂ ਨੇ ਸਰਕਾਰ ਨੇ ਇਨੀਸ਼ੀਏਟਿਵ ਲਿਆ। ਜਿਹੜੇ ਪਹਿਲੇ ਮੰਤਰੀ ਸੀ ਉਹਨਾਂ ਨੇ ਕੋਸ਼ਿਸ਼ ਵੀ ਨਹੀਂ ਕੀਤੀ ਉੱਤੇ ਨਜ਼ਰ ਆਈ? ਮੰਤਰੀਆਂ ਦਾ ਕਸੂਰ ਨਹੀਂ। ਅੱਛਾ, ਮੰਤਰੀਆਂ ਦਾ ਕਸੂਰ ਨਹੀਂ ਹੈ? ਨਹੀਂ ਜੀ, ਕਸੂਰ ਲੀਡਰ ਦਾ ਸੀ। ਏਜੀ ਸਾਹਿਬ ਨੇ ਪਹਿਲੇ ਦਿਨ ਜਿਹੜੀ ਰਾਏ ਦਿੱਤੀ ਸੀ, ਉਹਨਾਂ ਆਖਿਆ ਸੀ ਇਹ ਸੁਪਰੀਮ ਕੋਰਟ ਦੇ ਫੈਸਲੇ ਅੱਗੇ ਕੁਝ ਗੱਲ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ, ਇੱਕਦਮ ਫੈਸਲਾ ਕਰਨਾ ਚਾਹੀਦਾ। ਪਰ ਫੈਸਲਾ ਜਿਹੜਾ ਸੀ ਉਹ ਚੀਫ ਮਿਨਿਸਟਰ ਦੇ ਦਫ਼ਤਰ 'ਚ ਪਿਆ ਰਹਿੰਦਾ ਸੀ, ਫਾਈਲਾਂ ਉੱਥੇ ਪਈਆਂ ਰਹਿੰਦੀਆਂ ਸੀ, ਕੋਈ ਗੱਲ ਨਹੀਂ ਸੀ ਤੁਰਦੀ। ਸਰ, ਕੈਪਟਨ ਅਮਰਿੰਦਰ ਨੇ ਹੁਣ ਆਪਣੀ ਨਵੀਂ ਪਾਰਟੀ ਐਲਾਨ ਕਰਤੀ ਹੈਗੀ ਕਿ ਉਹ ਨਵੀਂ ਪਾਰਟੀ ਭਾਜਪਾ ਦੀ ਭਾਈਵਾਲੀ ਨਾਲ, ਕਹਿੰਦੇ ਮੇਰਾ ਕੋਈ ਵਿਚਾਰਕ ਮਤਭੇਦ ਨਹੀਂ ਉਹਨਾਂ ਨਾਲ। ਸੋ ਇਹ ਤੁਸੀਂ ਕਿੱਦਾਂ ਦੇਖਦੇ ਹੈਗੇ? ਦੇਖੋ, ਮੈਂ ਕੈਪਟਨ ਸਾਹਿਬ ਮੇਰੇ, ਮੈਂ ਉਹਨਾਂ ਦਾ ਰਿਸਪੈਕਟ ਕਰਨਾ, ਪਰ ਮੈਂ ਕੈਪਟਨ ਸਾਹਿਬ ਨੂੰ ਬੜੇ ਹੰਬਲ ਤਰੀਕੇ ਨਾਲ ਰਿਕੁਐਸਟ ਕਰਨੀ ਚਾਹੁੰਦਾ ਵੀ ਕੈਪਟਨ ਸਾਹਿਬ, ਜਿਸ ਪਾਰਟੀ ਨੇ ਤੁਹਾਨੂੰ ਇੰਨੀ ਚੌਧਰ ਦਿੱਤੀ, ਤੁਸੀਂ 12, 13, 14 ਸਾਲ ਪ੍ਰਧਾਨ ਵੀ ਰਹੇ, 2 ਵਾਰੀ ਚੀਫ ਮਿਨਿਸਟਰ ਵੀ ਰਹੇ, ਅੱਜ ਉਸ ਪਾਰਟੀ ਨੇ ਜੇ ਤੁਹਾਨੂੰ 4.5 ਸਾਲ ਦੇਖ ਕੇ ਤੁਹਾਨੂੰ ਰਿਪਲੇਸ ਕਰਤਾ, ਤਾਂ ਤੁਹਾਨੂੰ ਉਹ ਫੈਸਲਾ ਉਸੇ ਹਾਈਕਮਾਂਡ ਦਾ ਖੜ੍ਹੇ ਮੱਥੇ ਮੰਨਣਾ ਚਾਹੀਦਾ ਸੀ, ਨਾ ਕਿ ਤੁਸੀਂ ਗੁੱਸੇ 'ਚ ਆ ਕੇ ਨਵੀਂ ਪਾਰਟੀ ਬਣਾਉਣ ਦੀਆਂ ਗੱਲਾਂ ਕਰੋ। ਉਹੀ ਹਾਈਕਮਾਂਡ, ਉਹੀ ਸੋਨੀਆ ਜੀ ਤੁਹਾਡੇ ਨਾਲ ਖੁਲਤੇ ਸੀ, ਤੁਸੀਂ ਕਹਿੰਦੇ ਸੀ ਮੇਰੇ ਪਰਿਵਾਰਕ ਸੰਬੰਧ ਨੇ, ਅੱਜ ਉਹਨਾਂ ਦੇ ਫੈਸਲੇ ਨੂੰ ਇੰਨਾ ਕਿਉਂ ਗਲਤ ਸੋਚਣ ਡੇ ਨੇ ਕਿ ਇਹ ਇਹਨਾਂ ਦਾ ਜਮਾਂਦਰੂ ਹੱਕ ਹੈ, ਸਾਰੀ ਵਾਰ ਮੈਂ ਹੀ ਚੀਫ ਮਿਨਿਸਟਰ ਰਹਾਂਗਾ। ਚੰਗਾ ਆਉਂਦਾ ਜੇ ਕੈਪਟਨ ਸਾਹਿਬ ਇਸ ਫੈਸਲੇ ਨੂੰ ਖਿੜੇ ਮੱਥੇ ਮੰਨਦੇ, ਅਤੇ ਚੰਨੀ ਜੀ ਨੂੰ ਕਹਿੰਦੇ ਚੰਨੀ ਜੀ ਔਰ ਰਲ ਮਿਲ ਕੇ ਇਸ ਕਾਂਗਰਸ ਨੂੰ ਕਾਮਯਾਬ ਕਰੀਏ, ਚੰਨੀ ਜੀ ਨੂੰ ਗਾਈਡ ਕਰਦੇ, ਆਪਣਾ ਐਕਸਪੀਰੀਅੰਸ ਤੋਂ ਸਾਨੂੰ ਕਹਿੰਦੇ ਵੀ ਇਹ ਨਹੀਂ, ਇਸ ਤਰ੍ਹਾਂ ਕਰੋ। ਪਰ ਅਨਫੋਰਚੁਨੇਟਲੀ ਕੈਪਟਨ ਸਾਹਿਬ ਉਸ ਪਾਸੇ ਤੁਰ ਪਏ ਨੇ। ਦੇਖੋ, ਮੈਂ ਕੈਬਨਿਟ ਦਾ ਮਿਨਿਸਟਰ ਸੀ, ਜਦੋਂ ਕਿਸਾਨ ਦਿੱਲੀ ਬੈਠੇ, ਅਸੀਂ ਕੈਪਟਨ ਸਾਹਿਬ ਨੂੰ ਦੁਆਈ ਦਿੰਦੇ ਰਹੇ ਵੀ ਕੈਪਟਨ ਸਾਹਿਬ ਹੋਮ ਮਿਨਿਸਟਰ ਮਿਲੋ, ਪ੍ਰਾਈਮ ਮਿਨਿਸਟਰ ਮਿਲੋ, ਇਹ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ, ਅਤੇ ਕੈਪਟਨ ਸਾਹਿਬ ਕਹਿੰਦੇ ਸੀ ਮੈਨੂੰ ਉਹ ਟਾਈਮ ਹੀ ਨਹੀਂ ਦਿੰਦੇ। ਅੱਜ ਕਿਸ ਤਰ੍ਹਾਂ ਟਾਈਮ ਮਿਲ ਰਿਹਾ ਉਹਨਾਂ ਨੂੰ? ਅੱਜ ਕਿਸ ਤਰ੍ਹਾਂ ਪਿਛਲੇ 20 ਦਿਨਾਂ 3 ਵਾਰੀ ਮਿਲ ਬੈਠੇ ਆ, ਜਾਂ ਉਦੋਂ ਸੋਚ ਗਲਤ ਸੀ ਜਾਂ ਹੁਣ ਕੀ ਫਰਕ? ਜੇ ਉਦੋਂ ਐਕਟਿਵ ਹੋਏ ਹੁੰਦੇ ਤਾਂ ਸ਼ਾਇਦ ਅੱਜ ਜਿਹੜੀ ਸਿਚੁਏਸ਼ਨ ਪੈਦਾ ਹੋਈ ਨਾ ਹੁੰਦੀ। ਪਰ ਜੇ ਉਹਨਾਂ ਨੇ, ਮੇਰਾ ਖਿਆਲ ਆ ਉਹ, ਮੇਰਾ ਖਿਆਲ ਆ ਉਹ ਥੋੜ੍ਹਾ ਜਿਹਾ ਕਾਹਲੀ 'ਚ ਨੇ, ਗਲਤ ਕਰ ਰਹੇ ਨੇ। ਮੇਰੀ ਰਾਏ ਹੋਵੇਗੀ ਵੀ ਕਾਂਗਰਸ ਹਾਈਕਮਾਂਡ ਦੇ ਫੈਸਲੇ ਨੂੰ ਖਿੜੇ ਮੱਥੇ ਮੰਨਣ, ਅਤੇ ਉਹਨਾਂ ਕੋਲ ਜ਼ਿੰਦਗੀ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ, ਟੈਰਰਿਜ਼ਮ ਵੇਲੇ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ। ਇੱਕ ਵੇਲੇ ਇਹ ਵੀ ਮੀਡੀਏਟਰ ਪਏ ਸੀ ਸੰਤ ਭਿੰਡਰਾਲੇ ਨਾਲ ਸੁਲਾਹ ਕਰਾਉਣ ਦੇ, ਇਹਨਾਂ ਕੋਲ ਬੜੇ ਫੈਕਸ਼ਨ ਫਿਗਰ ਹੈਗੀਆਂ, ਚੰਗੇ ਹੁੰਦੇ
उस फैक्शन फिगर नूं क्योंकि इज ए गुड राइटर एक होर किताब लिखने वाले पासे पेंदे तो गल्लां लोकां दे वो तत्थ लोकां दे सामने करदे। मेरी राय तो उन्हां नूं ये वै बाकी जे उन्होंने मन ही बना लिया फिर नवीं पार्टी बनानी मैं बीजेपी को जाना। देखो कांग्रेस ही रहे अकाली दल च रहे हुण बीजेपी चले ने जे मेरा ख्याल है गलत है पर फिर भी मन बना लिया तो बेस्ट ऑफ लक। वो कहिंदे मैं पंजाब नूं वापस जिथे मैं प्रोमिस किया उत्थे लैके आना है। वो कहिंदे ने मैं अपने तकरीबन 88% जो वादे से पूरे किए शायद कोई घट ही होगा किसने। देखो लाल बत्तियां नहीं लाना एक वायदा पूरा करना। कैप्टन साहब नूं पता किहड़े वायदे सन जिहड़े उन्होंने बठिंडे की स्पीच कैप्टन साहब आप सुन लैन बरगाड़ी की स्पीच कैप्टन साहब आप सुन लैन तो फिर दसन वायदा पूरा कर लिया। ਹੁਣ ਤੇ ਇਹ ਸਰ ਗਾੜੀ ਤੇ ਸਰ ਤੁਹਾਨੂੰ ਸਭ ਤੋਂ ਅੱਗੇ ਮੋਹਰਾ ਬਣਾਇਆ ਤੁਹਾਨੂੰ ਤੇ ਰੰਧਾਵਾ ਜੀ ਨੂੰ ਅੱਗੇ ਕੀਤਾ ਗਿਆ ਸੀ ਤੁਹਾਡੇ ਮੋਢੇ ਤੇ ਅਸੀਂ ਇਹਨਾਂ ਦਾ ਮੈਸੇਜ ਲੈ ਕੇ ਜਾਂਦੇ ਸੀ ਜੀ ਅਸੀਂ ਇਹਨਾਂ ਦੇ ਸਨਾਹ ਲੈ ਕੇ ਜਾਂਦੇ ਸੀ ਪਰ ਲੋਕ ਤੁਹਾਨੂੰ ਪੁੱਛਣਗੇ ਕਿਉਂਕਿ ਤੁਸੀਂ ਲੋਕ ਸਾਨੂੰ ਪੁੱਛ ਰਹੇ ਨੇ ਪਰ ਲੀਡਰ ਉਹ ਸੀ ਹੋਮ ਮਿਨਿਸਟਰ ਉਹ ਸੀ ਕੈਬ ਚੀਫ ਮਿਨਿਸਟਰ ਉਹ ਸੀ ਫੈਸਲਾ ਤਾਂ ਲਾਗੂ ਹੋਣਾ ਉਹਦੀ ਸੋਚ ਨੇ ਕੰਮ ਕਰਨਾ ਸੀ ਪਰ ਜੇ ਉਹਦੀ ਸੋਚ ਹੀ ਅੰਦਰੋਂ ਕੁਛ ਹੋਰ ਤਰ੍ਹਾਂ ਦੀ ਸੀ ਤਾਂ ਅਸੀਂ ਕੀ ਚੀਜ਼ ਸਾਂ। ਜਿਹੜੇ ਦੋ ਲੋਕ ਇਸ ਲੜਾਈ ਨੂੰ ਲੜ ਰਹੇ ਸੀ ਬਰਗਾੜੀ ਦਾ ਨਿਆਂ ਲਿਆਉਣ ਲੱਗੇ ਹੋਏ ਸੀ ਕੁੰਵਰ ਵਿਜੇ ਪ੍ਰਤਾਪ ਤੇ ਕੈਪਟਨ ਅਮਰਿੰਦਰ ਦੋਨੋਂ ਹੀ ਬਾਹਰ ਨਿਕਲ ਗਏ ਨੇ ਤੁਹਾਡੇ ਵਾਸਤੇ ਉਹ ਬੜੀ ਬੜੀ ਬਦਕਿਸਮਤ ਦੀ ਗੱਲ ਆ। ਬੰਦਾ ਕਿਤੇ ਇਤਬਾਰ ਕਰੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਇਤਬਾਰ ਕੀਤਾ ਉਹ ਵੀ ਪਤਾ ਨਹੀਂ ਕੋਈ ਸਿਆਸਤ ਖੇਡ ਗਿਆ ਕੈਪਟਨ ਸਾਹਿਬ ਤਾਂ ਸਿਆਸਤ ਖੇਡ ਨਹੀਂ ਰਹੇ ਸਨ। ਸੋ ਦੇਖੋ ਕਾਰਪੋਰੇਟ ਕੀ ਕਰਦਾ। ਸਰ ਇੱਕ ਨਵੀਂ ਲੜਾਈ ਛਿੜ ਪਈ ਹੈ ਜੋ ਕੈਪਟਨ ਸਾਹਿਬ ਦੇ ਕਰੀਬੀ ਦੋਸਤ ਸੀ ਜਿਹੜੇ ਪੱਤਰਕਾਰ ਰੂਸਾ ਬੇਗਮ ਜਿਹੜੇ ਆਉਂਦੇ ਸੀਗੇ ਪਾਕਿਸਤਾਨ ਤੋਂ ਉਹਨਾਂ 'ਤੇ ਲੜਾਈ ਛਿੜਕੀ ਹੈ ਇਹ ਜੋ ਗੱਲਾਂ ਹੋ ਰਹੀਆਂ ਨੇ ਇਹ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਤੁਹਾਡੇ ਕੋਲ ਸਿਰਫ 100 ਦਿਨ ਦੀ ਸਰਕਾਰ ਹੈ ਲਿਟਰਲੀ ਉਹਦੇ ਵਿੱਚ ਜੱਚਦੀਆਂ ਨੇ ਇਹਨਾਂ ਦਾ ਵਕਤ ਹੈਗਾ। ਚਲੋ ਜੀ ਜਿੰਨੇ ਕੀਤੀਆਂ ਉਹਨਾਂ ਦੀ ਆਪਣੀ ਸੋਚ ਆ ਉਹ ਆਪਣੇ ਤਰੀਕੇ ਲੱਗੇ ਨੇ ਪਰ ਸਾਡਾ ਚੀਫ ਮਿਨਿਸਟਰ ਚੰਨੀ ਜੀ ਬੜੇ ਸੀਰੀਅਸਲੀ ਕੰਮ ਕਰ ਰਹੇ ਨੇ ਅਤੇ ਮੇਰਾ ਖਿਆਲ ਹੈ 24 ਘੰਟੇ 'ਚ 20 ਘੰਟੇ ਕੰਮ ਕਰ ਰਿਹਾ ਦੈਟ ਮੈਨ ਬੜਾ ਵਧੀਆ ਕੰਮ ਕਰ ਰਿਹਾ। ਬਾਕੀ ਦੇਖੋ ਈਸ਼ਵਰ ਕਿਰਪਾ ਕਰੇ ਉਹਦੀ ਸਿੰਸੈਰਿਟੀ ਦੇ ਸ਼ੱਕ ਨਹੀਂ ਹਜੇ ਤੱਕ। ਕੈਪਟਨ ਸਾਹਿਬ ਨੇ ਮੈਂ ਫਿਰ ਤਾਂ ਗੱਲ ਕਹਿੰਦੀ ਉਹ ਕਹਿੰਦੇ ਨੇ ਵੀ ਇਹ ਤਾਂ PR ਐਕਸਰਸਾਈਜ਼ ਚੱਲ ਰਹੀ ਹੈ ਫੋਟੋਆਂ ਖਿਚਵਾਉਂਦਾ ਹੈ ਕਰਦਾ ਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ। ਅੱਜ ਲੋਕ ਚਲੋ ਉਹਨਾਂ ਦੀ ਜਿਹੜੀ ਸਾਦਗੀ ਉਹ ਤੋਂ ਬੜੇ ਖੁਸ਼ ਹੋ ਰਹੇ ਨੇ ਕਿ ਉਹਨਾਂ ਨੇ ਜਿਸ ਤਰ੍ਹਾਂ ਦੀ ਸੋਚਿਆ ਨਹੀਂ ਸੀ ਇਹੋ ਜਿਹਾ ਮੁੱਖ ਮੰਤਰੀ ਹੋਏਗਾ ਪਰ ਜਿਹੜੇ ਕੰਮ ਕਰਨ ਵਾਲੇ ਨੇ ਜਿਹੜੇ ਕੈਪਟਨ ਸਾਹਿਬ ਇਹ ਕੱਪ ਆਫ ਟੀ ਵਿਦ ਕੈਪਟਨ ਉਹ ਕੀ ਸੀ ਉਹ PR ਐਕਸਰਸਾਈਜ਼ ਸੀ ਕਿ ਕੋਈ ਪੰਜਾਬ ਦਾ ਭਲਾ ਸੀ। PR ਐਕਸਰਸਾਈਜ਼ ਵੀ ਜ਼ਰੂਰੀ ਹੁੰਦੀ ਹੈ ਅਤੇ ਅਸਲੀ ਚਿਹਰਾ ਵੀ ਸਾਹਮਣੇ ਆਉਣਾ ਚਾਹੀਦਾ। ਬਾਕੀ ਕੈਪਟਨ ਸਾਹਿਬ ਇੰਨੇ ਕਾਲੇ ਕਿਉਂ ਪਏ ਜਾਂ ਲੋਕ ਇੰਨੇ ਕਾਲੇ ਕਿਉਂ ਪਏ ਜੇ ਉਹ 450 ਇਹ ਤਾਂ 100 ਦਿਨ ਹੈ ਇਲੈਕਸ਼ਨ ਫੈਸਲਾ ਲੋਕਾਂ ਦੇ ਹੱਥ ਹੋਣਾ ਲੋਕ ਜਿੱਦਣ ਚੁਣਨਗੇ ਉਹੀ ਗੱਲ ਹੋਣੀ ਆ। 100 ਦਿਨ ਦਾ ਫੈਸਲਾ ਅਤੇ ਕੈਪਟਨ ਸਾਹਿਬ ਦੇ 450 ਤੁਹਾਨੂੰ ਪਤਾ ਲੱਗ ਜਾਏਗਾ। ਮੈਂ ਬੜਾ ਹੁਣ ਤੱਕ ਕਲੀਅਰ ਹਾਂ ਮੈਂ ਚੰਨੀ ਜੀ ਦੀ ਸਿੰਸੈਰਿਟੀ 'ਤੇ ਕੋਈ ਸ਼ੱਕ ਨਹੀਂ ਕਰਦਾ। ਗਲਤੀਆਂ ਹੋ ਜਾਣ ਗੱਲ ਵੱਖਰੀ ਹੈ ਪਰ ਉਹਦੀ ਲਗਨ ਹੈ ਉਹਦਾ ਮਨ ਹੈਗਾ ਵੀ ਮੈਂ ਪੰਜਾਬ ਦਾ ਭਲਾ ਕਰਨਾ ਪੰਜਾਬੀਆਂ ਦਾ ਭਲਾ ਕਰਨਾ। ਜਿਹੜੇ ਵਾਅਦੇ ਕੀਤੇ ਨੇ ਜਿਹੜੇ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਸੀ ਜਿਹੜੇ ਕਾਂਗਰਸ ਨੇ ਵਾਅਦੇ ਕੀਤੇ ਸੀ ਆ ਸਾਡਾ ਮੈਨੀਫੈਸਟੋ ਸੀ ਉਹ ਜਿਹੜੇ ਬਿਜਲੀ ਦੇ ਐਕਟ ਪਾਸ ਕੀਤੇ ਸੀ ਉਹ ਕੈਪਟਨ ਸਾਹਿਬ ਕਿਉਂ 450 ਚੁੱਪ ਕੀਤੇ ਰਹੇ। ਸਰ ਜਿਹੜੇ ਤੁਸੀਂ ਵੀ ਕਹਿ ਰਹੇ ਹੋ ਜਿਹੜੇ ਵਾਅਦੇ ਜ਼ਰੂਰੀ ਸੀ ਇੱਕ ਤਾਂ ਲੋਕਾਂ ਦੇ ਮਨ ਵਿੱਚ ਬਰਗਾੜੀ ਦਾ ਨਿਆਂ ਸੀਗਾ ਦੂਜਾ ਸੀਗਾ ਕਿ ਵੀ ਨਸ਼ਾ ਤਸਕਰੀ ਦਾ ਜੋ ਮਾਫੀਆ ਹੈ ਜਿੱਥੋਂ ਸ਼ੁਰੂ ਹੁੰਦਾ ਉਹਨੂੰ ਉਹ ਫਾਈਲ ਜਿਹੜੀ ਕਿੰਨੇ ਸਾਲਾਂ ਤੋਂ ਅਦਾਲਤਾਂ ਵਿੱਚ ਘੁੰਮਦੇ ਆ ਰਹੀ ਹੈ ਕਿ ਉਹਨੂੰ ਖੁਲਵਾਉਣਾ ਹੈਗਾ ਬਿਜਲੀ ਸਸਤੀ ਕਰਨੀ ਹੈਗੀ ਨੌਕਰੀਆਂ ਦੇਣੀਆਂ ਅਤੇ ਇਹਦੇ ਨਿਕਲ ਕੇ ਇਹਨਾਂ ਮੈਂ ਦੱਸਿਆ ਨਾ ਜੀ ਅਨਫਾਰਚੁਨੇਟਲੀ ਸਮਾਂ ਬਹੁਤ ਜ਼ਿਆਦਾ ਲੰਘ ਚੁੱਕਿਆ ਸਾਡੀ ਹਾਈਕਮਾਂਡ ਕੋਲ ਵੀ ਥੋੜ੍ਹੀ ਜਿਹੀ ਲੇਟ ਹੋ ਗਈ ਆ ਪਰ ਲੋਕ ਸਿਆਣੇ ਨੇ ਉਹ 100 ਦਿਨ ਦੇ ਵਿੱਚ ਲੋਕ ਅੰਦਾਜ਼ਾ ਲਾਉਣਗੇ ਵੀ ਚੰਨੀ ਜੀ ਦੀ ਸਿੰਸੈਰਿਟੀ ਦੇਖਣਗੇ ਜੇ ਚੰਨੀ ਦੀ ਸਿੰਸੈਰਿਟੀ ਨਜ਼ਰ ਆਊਗੀ ਤਾਂ ਲੋਕ ਚੰਨੀ ਜੀ ਦਾ ਸਾਥ ਜ਼ਰੂਰ ਦੇਣਗੇ। ਸੋ ਤੁਹਾਨੂੰ ਲੱਗਦਾ ਕਿ ਤੁਸੀਂ ਵਾਅਦੇ ਨਹੀਂ ਪੂਰੇ ਕਰ ਪਾਓਗੇ ਉਹਨਾਂ ਵੱਲ ਕੰਮ ਕਰ ਪਾਓਗੇ ਜਦੋਂ ਲੋਕ ਦੇਖਣਗੇ ਵੀ ਉਹਨਾਂ ਵਾਅਦਿਆਂ ਵਾਲੇ ਪਾਸੇ ਠੀਕ ਲਾਈਨ 'ਤੇ ਸਰਕਾਰ ਤੁਰੀ ਜਾ ਰਹੀ ਹੈ ਚੀਫ ਮਿਨਿਸਟਰ ਠੀਕ ਲਾਈਨ 'ਤੇ ਤੁਰਿਆ ਜਾ ਰਿਹਾ ਉਹ ਫਿਰ ਉਹ ਚੀਫ ਮਿਨਿਸਟਰ ਇਤਬਾਰ ਕਰਨਗੇ ਅਤੇ ਫਿਰ ਮੇਰਾ ਖਿਆਲ ਆ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੋਏਗੀ। ਦੂਜੀ ਸਰਕਾਰ ਜਿਹੜੀ ਲੋਕ ਵੇਖਣਗੇ ਉਹ ਦੇਖਣਗੇ ਦਿੱਲੀ ਦੀ ਸਰਕਾਰ ਜਿਹੜੀ ਤੁਹਾਡੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਖੜੀ ਹੈਗੀ ਹੈ ਅਰਵਿੰਦ ਕੇਜਰੀਵਾਲ ਦੀ ਸਰਕਾਰ ਉਹਨਾਂ ਦੇ ਕੋਲ ਵੀ 70 ਦਿਨ ਦੀ ਸਰਕਾਰ ਸੀ ਉਹਨਾਂ ਨੇ ਕੁਝ ਕੰਮ ਇਹੋ ਜਿਹੇ ਸਪੀਡ ਨਾਲ ਕਰ ਪਾਏ ਸੀ ਜੋ ਅੱਜ ਸਾਡੀ ਸਰਕਾਰ
ਤੁਸੀਂ ਇਹ ਜਿਹੜੀ ਦਿੱਲੀ ਇੱਕ ਵੱਖਰਾ ਸ਼ਹਿਰ ਹੈ, ਵੱਖਰਾ ਸਿਸਟਮ ਉੱਥੋਂ ਦਾ, ਪੰਜਾਬ ਇੱਕ ਵੱਖਰੀ ਚੀਜ਼ ਹੈ, ਸੋ ਉਹਦਾ ਤੁਸੀਂ ਕੰਪੇਅਰ ਨਹੀਂ ਕਰ ਸਕਦੇ, ਪਰ ਬਹੁਤ ਵਧੀਆ ਫੈਸਲਾ ਰਹੇਗਾ ਚੰਨੀ ਜੀ, ਅਤੇ ਬਹੁਤ ਵਧੀਆ ਰਿਜ਼ਲਟ ਆਉਣਾ। ਆਖਰੀ ਸਵਾਲ ਤਾਂ ਆਉਂਦੀ ਹੈ ਸਰ, ਜਿਹੜਾ ਤੁਹਾਡਾ ਅਗਲਾ ਮੁੱਖ ਮੰਤਰੀ ਚਿਹਰਾ ਹੋਏਗਾ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਵੀ ਹੈਗਾ, ਸੋ ਲੋਕ ਕਿਹਨੂੰ ਵੇਖਣਗੇ, ਚੰਨੀ ਸਾਹਿਬ ਨੂੰ ਵੇਖਣਗੇ ਕਿ? ਦੇਖੋ ਇਹ ਫੈਸਲਾ ਜਿਹੜਾ ਵਾ ਹਾਈਕਮਾਂਡ ਦਾ ਹੁੰਦਾ। ਤੁਹਾਡੀ ਹਾਈਕਮਾਂਡ ਬੜੀ ਸਲੋ ਹੈਗੀ। ਨਹੀਂ ਜੀ, ਹਾਈਕਮਾਂਡ ਜੋ ਕਰੇਗੀ ਹਾਈਕਮਾਂਡ ਕਰੇਗੀ, ਮੈਂ ਤਾਂ ਕੁਛ ਵੀ ਨਹੀਂ, ਮੈਂ ਇੱਕ ਬੜਾ ਛੋਟਾ ਜਿਹਾ ਕਾਂਗਰਸੀ ਵਰਕਰ ਹਾਂ। ਚੀਫ ਮਿਨਿਸਟਰ ਦਾ ਚਿਹਰਾ ਕੌਣ ਹੋਏਗਾ ਇੱਕ ਬੜਾ ਵੱਡਾ ਸਵਾਲ ਆ, ਜਿਹੜਾ ਹਾਈਕਮਾਂਡ ਦਾ ਹੱਕ ਹੈ ਉਹੀ ਫੈਸਲਾ ਕਰੇਗੀ, ਨਾ ਕਿ ਮੈਂ। ਸਾਰਿਆਂ ਨੂੰ ਜੁੜਨ ਲਈ ਬਹੁਤ ਬਹੁਤ ਧੰਨਵਾਦ। ਤੁਹਾਡੀ ਜਿਹੜੇ ਸ਼ਬਦ ਹੁੰਦੇ ਆ ਹਮੇਸ਼ਾ ਬੜੇ ਡਾਇਰੈਕਟ ਅਤੇ ਬਲੰਟ ਹੁੰਦੇ ਹੈਗੇ ਹੈ, ਅਤੇ ਅਸੀਂ ਇਹ ਵਿਧਾਨ ਸਭਾ ਵਿੱਚ ਵੀ ਦੇਖਿਆ ਸੀ ਜਦੋਂ ਸਪੈਸ਼ਲ ਸੈਸ਼ਨ ਲੱਗਿਆ ਸੀ, ਇਸ ਵਾਰ ਵੀ ਵੇਖਿਆ, ਅਤੇ ਉਮੀਦ ਕਰਦੇ ਹਾਂ ਕਿ ਇਹ ਜਿਹੜੇ ਸ਼ਬਦ ਨੇ ਇਹ ਐਕਸ਼ਨ ਵਿੱਚ ਕਨਵਰਟ ਹੋਣ, ਅਤੇ ਜਦ ਤੁਹਾਡਾ ਰਿਪੋਰਟ ਕਾਰਡ ਆਏ ਅਸੀਂ ਉਹ ਵੀ ਲੈ ਕੇ ਬੈਠਾਂਗੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ।